ਬਾਅਦ ਸਫ਼ਰ ਤੈਅ ਕਰਕੇ ਆਪਾਂ ਪਹੁੰਚ ਗਏ ਹਾਂ ਜੀ ਟਰੱਕ ਮਾਰਕੀਟ ਦੇ ਵਿੱਚ, ਅਤੇ ਇੱਥੋਂ ਆਪਣੀ ਗੱਡੀ ਨੂੰ ਕਰਦੇ ਹਾਂ ਨੀਚੇ। ਹਾਂ ਬਈ, ਕਹਿੰਦੇ ਜੀ ਟਰੱਕ ਹੀ ਟਰੱਕ ਖੜ੍ਹੇ ਨੇ ਚੋਬਰੋ, ਕਹਿੰਦੇ ਹਾਂਜੀ ਕੀ ਹਾਲ ਚਾਲ ਨੇ ਬਾਈ ਸਾਰਿਆਂ ਦੇ, ਵੈਲਕਮ ਜੀ ਤੁਹਾਡਾ ਇੱਕ ਵਾਰ ਫੇਰ ਤੋਂ ਆਪਣੇ ਚੈਨਲ 'ਤੇ। ਅਤੇ ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਵੀਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਅਤੇ ਜੇ ਤੁਸੀਂ ਆਲਰੇਡੀ ਚੈਨਲ ਨੂੰ ਸਬਸਕ੍ਰਾਈਬ ਕਰਤਾ ਤਾਂ ਵੀਰੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਅਤੇ ਵੀਰੇ ਤੁਹਾਨੂੰ ਪਤਾ ਹੈ ਕਿ ਪਿਛਲੀ ਵੀਡੀਓ ਦੇਖੀ ਹੋਣੀ ਵੀਰੇ, ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਇਹ ਵਾਣਾਂ ਦੇ ਵਿੱਚੋਂ ਵੀਰੇ ਆਪਾਂ ਨੇ ਆਲੂ ਪੱਟੇ ਸੀਗੇ, ਅਤੇ ਆਪਾਂ ਹੁਣ ਇਹਨਾਂ ਦੇ ਵਿੱਚ ਮਰੀ ਜਾਂਦੇ ਹਾਲ ਇੱਕ ਵਾਣ ਦੇ ਵਿੱਚ ਮੈਂ ਆਲਰੇਡੀ ਮਾਰਤਾ, ਬਸ ਇੱਕ ਜਿਹੜਾ ਰਹਿ ਗਿਆ। ਅਤੇ ਜਿਹੜੇ ਆਪਣਾ ਦੂਜਾ ਵਾਣ ਸੀਗਾ ਪਰਲੇ ਪਾਸੇ ਵੀਰੇ, ਉਹਦੇ ਵਿੱਚ ਆਪਣੀ ਮਸ਼ੀਨ ਚੱਲੀ ਜਾਂਦੀ ਹੈ ਕਿਉਂਕਿ ਕਣਕ ਵੱਢਣ ਵਾਲੀ ਹੋਈ ਪਈ, ਆਪਾਂ ਟਰਾਲੀ ਲੈ ਕੇ ਉੱਥੇ ਪਹੁੰਚਣਾ ਛੇਤੀ ਛੇਤੀ। ਬਾਹਰ ਇੱਕ ਗੇੜਾ ਦੇ ਕੇ ਆਪਾਂ ਟਰਾਲੀ ਜੋੜਦੇ ਹਾਂ ਅਤੇ ਚੱਲਦੇ ਹਾਂ ਉੱਧਰ ਨੂੰ ਆਪਣੇ ਵਾਹਣ ਵੱਲ ਨੂੰ, ਦੇਖੀ ਜਾਂਦੇ ਆਪਣੇ ਬੰਦੇ ਕੀ ਕਰੀ ਜਾਂਦੇ ਨੇ ਉੱਧਰ। ਆਹ ਟਰਾਲੀ ਆਪਣੇ ਕੋਲ ਹੀ ਖੜ੍ਹੀ ਹੈ, ਉੱਦਣ ਦੀ ਇੱਥੇ ਖੜ੍ਹੀ ਹੈ ਯਾਰ, ਘਰੇ ਵੀ ਨਹੀਂ ਲੈ ਕੇ ਗਏ ਆਪਣੇ, ਸ਼ੈੱਡ ਥੱਲੇ ਵੀ ਨਹੀਂ ਲਾਈ ਹੈਗੀ। ਬਾਹਰ ਰਹਿ ਗਿਆ ਇੱਕ ਗੇੜਾ ਬਾਬੇ, ਇਹਨੂੰ ਖੜਾ ਕੇ ਬਸ ਇਹਨੂੰ ਲਓ ਜੀ, ਕਹਿੰਦੇ ਇਹ ਤਾਂ ਕਰਤਾ ਜੀ ਖਤਮ, ਚੱਕ ਬਈ ਚਲੋ ਜੀ ਚੱਲੀਏ ਆਪਾਂ ਬਸ ਉੱਥੇ ਲਾ ਕੇ ਨਾ ਇਹਨੂੰ। ਆਹ ਟਰਾਲੀ ਚਾਹੇ ਉੱਧਰ ਹੀ ਲੈ ਜਾਵਾਂਗੇ, ਦੋ ਟਰਾਲੀਆਂ ਨੇ ਆਪਣੇ ਕੋਲ ਤੁਹਾਨੂੰ ਪਤਾ ਹੀ ਹੈ, ਆਲੂ ਵਾਲੀ ਲੈ ਜਾਵਾਂਗੇ ਦੂਜੀ, ਉਹ ਖਾਲੀ, ਉਹ ਵੀ ਖਾਲੀ ਹੋਈ ਪਈ ਹੈ ਮੈਨੂੰ ਲੱਗਦਾ ਸ਼ਾਇਦ। ਚਲੋ ਤਾਂ ਵੈਸੇ ਸ਼ੈੱਡ ਥੱਲੇ ਖੜ੍ਹੀ ਹੋਇਆ ਨਾ, ਕੰਮ ਕਰਦੇ ਹਾਂ ਇਹਨਾਂ ਨੂੰ ਲਾਉਣੇ ਆ ਇੱਥੇ ਜੇ ਲਓ ਜੀ, ਕਹਿੰਦੇ ਇੱਥੇ ਲਾਉਣੇ ਇਹਨੂੰ। ਉਹ ਆਪਣੀਆਂ ਤਵੀਆਂ ਵੀ ਖੜ੍ਹੀਆਂ ਨੇ ਬਾਬੇ, ਤੁਸੀਂ ਚੈੱਕ ਕਰ ਸਕਦੇ ਹੋ, ਇਹਨਾਂ ਨੂੰ ਖੜ੍ਹਾਈਏ ਇੱਥੇ। ਔਰ ਦੇਖੀਏ ਫਿਰ ਚੱਲੀਏ ਬਾਹਲੀ ਮਸ਼ੀਨ, ਕੋਈ ਗੇੜਾ ਮਾਰ ਲਈਏ ਬਾਹਲੇ ਦੇ ਵੱਢ ਦਾ, ਕਿੰਨਾ ਕੁ ਵੱਢਦਾ ਉਹਨੇ ਹੈ ਨਾ। ਫਿਰ ਆਪਾਂ ਟਰਾਲੀ ਜੋੜ ਕੇ ਉੱਧਰ ਹੀ ਚੱਲਦੇ ਹਾਂ ਬਸ ਪਰਲੇ ਵਾਹਣ ਵੱਲ ਨੂੰ। ਲਓ ਜੀ ਇੱਕ ਮਿੰਟ ਰੁਕ ਜਾਓ, ਬਸ ਇੱਥੋਂ ਦੇਖ ਲਈਏ ਆਪਾਂ ਇੱਕ ਵਾਰੀ। ਲਓ ਜੀ ਕਹਿੰਦੇ ਟਰਾਲੀ ਆਪਾਂ ਨੇ ਪਾ ਲਈ ਹੈ ਬਾਬੇ, ਉਹ ਅਤੇ ਚੱਲਦੇ ਹਾਂ ਵੀਰੇ ਪਰਲੇ ਵਾਹਣ ਵੱਲ ਦੀ, ਦੇਖ ਕੇ ਆਉਂਦੇ ਵੀ ਮਸ਼ੀਨ ਕਿੰਨੀ ਕੁ ਭਰ ਚੁੱਕੀ ਹੈ ਕਿੰਨੀ ਕੁ ਨਹੀਂ। ਗੇੜਾ ਆਪਾਂ ਦੇ ਦਿੰਦੇ ਹਾਂ ਆਲੇ ਦੁਆਲੇ ਦਾ, ਪੈਂਟ ਦੀ ਕਹਿੰਦੇ ਮਸ਼ੀਨ ਚੱਲੀ ਜਾਂਦੀ ਚੋਬਰੋ, ਬਸ ਟਰਾਲੀ ਲੈ ਕੇ ਆਉਂਦੇ ਹਾਂ ਫਿਰ ਆਪਾਂ ਵੀ ਹੈ ਨਾ, ਉੱਧਰੋਂ ਜਾ ਕੇ ਟਰਾਲੀ ਲਿਆਉਂਦੇ ਹਾਂ ਮਸ਼ੀਨ ਆਪਾਂ ਨੇ ਦੇਖ ਲਿਆ। ਓਹੋ ਪਰਲੇ ਪਾਸੇ ਤਾਂ ਸਾਰੀ ਉਹ ਪਈ ਹੈ ਵੱਢਣ, ਤਾਂ ਉਹਨੇ ਵੱਢਿਆ ਕੀ ਹੈ ਫਿਰ। ਚਲੋ ਫਿਰ ਵੀ ਕਾਫੀ ਸਾਰਾ ਵਾਹਣ ਵੱਢਤਾ ਬਾਬੇ ਨੇ, ਅਤੇ ਇੱਧਰ ਆਪਾਂ ਲਾ ਦਿੰਦੇ ਆਪਣੇ ਬੰਦਿਆਂ ਨੂੰ ਫਿਰ ਦੁਬਾਰਾ ਤੋਂ, ਅਤੇ ਆਪਾਂ ਲੈਣ ਚੱਲਦੇ ਹਾਂ ਟਰਾਲੀ, ਸਹੀ ਹੈ ਨਾ। ਅਤੇ ਇਹਨੂੰ ਇੱਥੋਂ ਲਾਉਂਦੇ ਹਾਂ ਆਪਾਂ, ਇੱਥੋਂ ਸੈੱਟ ਜਾ ਕਰਕੇ ਲੈ ਵੀ ਚੋਪਰਾ ਕਰੀ ਚੱਲ ਕੰਮ ਇੱਥੇ। ਚੱਲੀਏ ਆਪਾਂ ਟਰਾਲੀ ਲੈ ਕੇ ਫਿਰ ਆਪਣੇ ਫਾਰਮ ਵੱਲ ਦੀ, ਮਸ਼ੀਨ 'ਚ ਲਿਆਈਏ ਭਰਾ ਕੇ। ਅਤੇ ਬਾਬੇ ਤੁਹਾਨੂੰ ਅੱਜ ਸੱਚ ਇੱਕ ਚੀਜ਼ ਹੋਰ ਦੱਸ ਦਈਏ ਕਿ ਆਪਾਂ ਨੇ ਬਸ ਆਹ ਟਰਾਲੀ ਭਰਾ ਕੇ ਨਾ ਇੱਥੇ ਸਿੱਟ ਕੇ ਫਾਰਮ ਦੇ ਵਿੱਚ ਆਪਣੇ 'ਚ, ਉਹ ਤੋਂ ਬਾਅਦ ਆਪਾਂ ਜਾਣਾ ਹੈ ਟਰੱਕ ਮਾਰਕੀਟ ਦੇ ਵਿੱਚ, ਅਤੇ ਉੱਥੋਂ ਲਿਆਉਣਾ ਇੱਕ ਟਰੱਕ ਜਾ ਕੇ ਕਿਰਾਏ 'ਤੇ ਕਰਕੇ, ਕਿਉਂਕਿ ਆਪਾਂ ਨੇ ਆਪਣੇ ਆਲੂ ਵੇਚਣ ਜਾਣਾ। ਅਤੇ ਉੱਥੇ ਆਪਾਂ ਨੂੰ ਜਾਣਾ ਪੈਣਾ ਬਾਬੇ, ਆਪਣੇ ਕੋਲ ਉਹਨਾਂ ਦਾ ਕੰਟੈਕਟ ਨੰਬਰ ਕੋਈ ਹੈਗਾ ਨਹੀਂ, ਠੀਕ ਹੈ ਜੀ। ਆਪਾਂ ਉਹਨਾਂ ਕੋਲ ਜਾਵਾਂਗੇ, ਉੱਥੋਂ ਕੋਈ ਵਧੀਆ ਜਿਹਾ ਟਰੱਕ ਜਿਹਦੇ ਵਿੱਚ ਆਪਣੇ ਆਲੂ ਉਲੂ ਆ ਜਾਣਾ ਨਾ, ਰੈਂਟ 'ਤੇ ਹੀ ਲਿਆਵਾਂਗੇ, ਅਤੇ ਆਪਾਂ ਆਪ ਹੀ ਲੋਡ ਕਰਾ ਲਾਂਗੇ ਲੇਬਰ ਤੋਂ, ਆਪਣੀ ਲੇਬਰ ਤੋਂ ਲੋਡ ਕਰਾ ਕੇ, ਅਤੇ ਫਿਰ ਆਪਾਂ ਉਹਨਾਂ ਨੂੰ ਵੇਚਣ ਚੱਲਾਂਗੇ। ਅਤੇ ਬਸ ਜਲਦੀ ਜਲਦੀ ਚੱਲਦੇ ਹਾਂ ਫਿਰ ਹੈ ਨਾ ਆਪਣੇ ਫਾਰਮ ਵੱਲ ਨੂੰ। ਬਾਬੇ ਪਹੁੰਚ ਗਏ ਆਪਾਂ ਆਪਣੀ ਮਸ਼ੀਨ ਕੋਲ ਆਪਣੇ ਫਾਰਮ 'ਤੇ, ਅਤੇ ਤਾਂ ਭਰਾ ਲਈਏ ਆਪਾਂ ਟਰਾਲੀ ਇੱਕ ਵਾਰੀ ਹੈ ਨਾ। ਇਹ ਚੱਕ ਕਹਿੰਦੇ 90% ਕਰਤੀ, ਹੋਰ ਭਰਦੇ ਪੂਰੀ ਕਰਦੇ ਫੁੱਲ, ਕਹਿੰਦੇ ਕਾਸਰ ਨਾ ਹੁਣ ਕੋਈ ਛੱਡੀ। ਓਹੋ ਮੈਨੂੰ ਲੱਗਦਾ ਟਰੈਕਟਰ ਲੋਡ ਲੈਣ ਲੱਗ ਗਿਆ, ਮਸ਼ੀਨ ਦੇ ਬਰਾਬਰ ਹੀ ਨਹੀਂ ਰਲੀ ਜਾਂਦਾ ਪੱਟੋ। ਭਰਦੇ ਹੁਣ ਫੁੱਲ ਭਰਦੇ, ਓਏ ਮੈਨੂੰ ਲੱਗਦਾ। ਚਲੋ ਬਾਬੇ
ਆਪਾਂ ਫਿਲਹਾਲ ਹੀ ਇੰਨੀ ਜਿੰਨੀ ਕੁ ਭਰੀ ਹੈ ਨੇ ਉੱਨੀ ਕੁ ਲੈ ਕੇ ਚੱਲਦੇ ਹਾਂ ਫਿਰ ਅਨਾਗਰੀ ਟਰਾਲੀ। ਫਿਰ ਆਪਾਂ ਗੁਰੂ ਆਪਾਂ ਕਹਿੰਦੇ ਜਾਂਦੇ ਹੋਏ ਆਪਣੇ ਪਾਸ ਥੋੜ੍ਹੀ ਜਿਹੀ ਕਸਰ ਰਹਿ ਗਈ ਸੀ ਵੈਸੇ ਟਰਾਲੀ 'ਚ, ਅੱਪੂ ਨੇ ਭਰੀ ਛੱਡੀ ਸੀ। ਚਲੋ ਕੋਈ ਨਹੀਂ, ਬਾਕੀ ਤਾਂ ਆਪਣੇ ਬੰਦੇ ਕੰਮ ਕਰ ਲੈਣਗੇ ਪਿੱਛੋਂ ਥੋੜ੍ਹਾ ਬਹੁਤਾ ਜਿੰਨੀ ਕੁ ਰਹਿ ਗਈ ਕਸਰ, ਹੈ ਨਾ। ਆਪਾਂ ਬਸ ਟਰਾਲੀ ਨੂੰ ਉਤਾਰ ਕੇ ਆਪਣੇ ਫਾਰਮ 'ਤੇ ਆਪਣੀ ਸੀਲੋ ਦੇ ਵਿੱਚ ਪਾ ਕੇ ਆਪਾਂ ਚੱਲਦੇ ਹਾਂ, ਗੱਡੀ ਚੱਕਦੇ ਹਾਂ ਘਰੋਂ ਅਤੇ ਆਪਾਂ ਚੱਲਦੇ ਹਾਂ ਟਰੱਕ ਮਾਰਕੀਟ ਵੱਲ, ਠੀਕ ਹੈ ਨਾ। ਇਹਨੂੰ ਖੜਾਈਏ ਆਪਾਂ ਉੱਥੇ, ਜੋ ਪਹੁੰਚ ਗਿਆ ਆਪਾਂ ਆਪਣੇ ਫਾਰਮ 'ਤੇ ਅਤੇ ਟਰਾਲੀ ਨੂੰ ਆਪਾਂ ਲਾਉਂਦੇ ਇੱਦਾਂ ਹੀ ਭਰੀ ਭਰਾਈ ਖੜਾ ਦਿੰਦੇ ਹਾਂ, ਫਿਰ ਆਪਾਂ ਵੇਚਣ ਚੱਲਾਂਗੇ, ਠੀਕ ਹੈ। ਥੋੜ੍ਹੀ ਬਹੁਤ ਜਿਹੜੀ ਕਸਰ ਆ ਉਹ ਮਸ਼ੀਨ ਜਿਹੜੀ ਵੱਢ ਕੇ ਲਿਆਊਗੇ ਆਪਾਂ ਉਹ ਪਾ ਲਾਂਗੇ ਇਹਦੇ ਵਿੱਚ, ਅਤੇ ਕੰਮ ਕਰਦੇ ਹਾਂ ਟਰਾਲੀ ਨੂੰ ਇੱਥੇ ਸ਼ੈੱਡ ਜਿਹੇ 'ਚ ਲਾ ਦਿੰਦੇ ਇਹਨੂੰ ਬੈਕ ਜੀ ਕਰਕੇ, ਹੈ ਨਾ। ਅਤੇ ਆਪਾਂ ਟਰੈਕਟਰ ਖੜਾ ਕੇ ਚੱਕਦੇ ਹਾਂ ਗੱਡੀ, ਅਤੇ ਉਹ ਖੜੀ ਹੈ ਆਪਣੀ ਗੱਡੀ, ਤੁਸੀਂ ਗੱਡੀ ਪਹਿਚਾਣ ਸਕਦੇ ਹੋ ਕਿਹੜੀ ਹੈ ਆਪਣੇ ਕੋਲ। ਕਹਿੰਦੇ ਸਿਰੇ ਦੀ ਕਾਰ ਆਪਾਂ ਰੱਖੀ ਹੋਈ ਹੈ ਚੋਪਰੋ, ਇਹ ਇੱਥੇ ਖੜਾਉਂਦੇ ਹਾਂ ਫਿਰ ਆਪਾਂ ਟਰੈਕਟਰ ਟਰਾਲੀ ਇੱਥੇ ਹੀ ਲਾ ਦਿੰਦੇ ਹਾਂ ਬਸ। ਚੱਲ ਬਈ ਆਪਾਂ ਚੱਕਦੇ ਹਾਂ ਆਪਣੀ ਰੇਂਜ ਰੋਵਰ, ਕਹਿਣਾ ਰੇਂਜ ਰੋਵਰ ਕਰ ਲਈਏ ਕਹਿੰਦੇ ਸਟਾਰਟ, ਲਾਈਟਾਂ ਲੁੱਟਾਂ ਕਰ ਲਈਆਂ ਨੇ ਔਨ, ਅਤੇ ਆਪਾਂ ਚੱਲਦੇ ਹਾਂ ਹੁਣ ਨੰਬਰ ਦੇਖੋ ਤੁਸੀਂ ਪਿੱਛੇ 6911 ਹੈ, ਅਤੇ ਆਪਾਂ ਚੱਲਦੇ ਹਾਂ ਵੀਰੇ ਨੂੰ ਖਿੱਚਦੇ ਹਾਂ ਗੱਡੀ ਨੂੰ, ਆਪਾਂ ਚੱਲਦੇ ਹਾਂ ਟਰੱਕ ਮਾਰਕੀਟ ਵੱਲ ਨੂੰ ਅਤੇ ਲਿਆਉਂਦੇ ਹਾਂ ਉੱਥੋਂ ਟਰੱਕ ਰੈਂਟ 'ਤੇ ਕਰਕੇ, ਠੀਕ ਹੈ ਜੀ। ਚਲੋ ਮਿਲਦੇ ਹਾਂ ਜੀ ਫਿਰ ਆਪਾਂ ਟਰੱਕ ਮਾਰਕੀਟ ਦੇ ਵਿੱਚ। ਖਿੱਚਤੀ ਕਹਿੰਦੇ ਰੋਡ 'ਤੇ, ਭਜਾਤੀ ਫੁੱਲ ਖਿੱਚਦੇ ਬਾਈ। ਲਓ ਜੀ ਚੋਪਰੋ ਕਹਿੰਦੇ ਪੂਰੇ ਅੱਧੇ ਘੰਟੇ ਬਾਅਦ ਸਫ਼ਰ ਤੈਅ ਕਰਕੇ ਆਪਾਂ ਪਹੁੰਚ ਗਏ ਜੀ ਟਰੱਕ ਮਾਰਕੀਟ ਦੇ ਵਿੱਚ, ਅਤੇ ਇੱਥੋਂ ਆਪਣੀ ਗੱਡੀ ਨੂੰ ਕਰਦੇ ਹਾਂ ਨੀਚੇ। ਹਾਂ ਬਈ ਕਹਿੰਦੇ ਜੀ ਟਰੱਕ ਹੀ ਟਰੱਕ ਖੜ੍ਹੇ ਨੇ ਚੋਪਰੋ ਕਹਿੰਦੇ, ਇੱਥੇ ਆਪਾਂ ਗੱਡੀ ਲਾ ਕੇ ਇਹਦੇ ਮਾਲਕ ਨਾਲ ਕਰਦੇ ਹਾਂ ਗੱਲਬਾਤ, ਫਿਰ ਦੇਖਦੇ ਹਾਂ ਇਹ ਕੀ ਕਹਿੰਦਾ। ਇੱਥੇ ਲਾਉਂਦੇ ਆਪਾਂ ਆਪਣੀ ਗੱਡੀ 'ਚੋਂ ਉਤਰਦੇ ਹਾਂ ਅਤੇ ਚੱਲਦੇ ਹਾਂ ਔਫਿਸ ਦੇ ਵਿੱਚ ਅਤੇ ਕਰਦੇ ਹਾਂ ਇਹਨਾਂ ਨਾਲ ਗੱਲਬਾਤ ਜੀ। ਲਓ ਜੀ ਚੋਪਰੋ ਕਹਿੰਦੇ ਇਹਨਾਂ ਨਾਲ ਹੋ ਗਈ ਹੈ ਜੀ ਆਪਣੀ ਗੱਲਬਾਤ ਪੂਰੀ, ਅਤੇ ਆਪਾਂ ਨੇ ਇਹਨਾਂ ਤੋਂ 12,000 ਰੁਪਏ 'ਚ ਰੈਂਟ 'ਤੇ ਟਰੈਕਟਰ ਲੈ ਲਿਆ। ਬੱਬੇ ਇਹਨਾਂ ਦਾ ਡਰਾਈਵਰ ਆਪਣੇ ਫਾਰਮ ਤੱਕ ਛੱਡਣ ਜਾਊਗਾ, ਅਤੇ ਉਹ ਤੋਂ ਬਾਅਦ ਆਪਾਂ ਨੂੰ ਵਾਪਸ ਹੀ ਇਹਨਾਂ ਨੂੰ ਛੱਡਣਾ ਪੈਣਾ, ਅਤੇ ਇਹਨੂੰ ਹੁਣ ਆਪਣੇ ਫਾਰਮ ਦਾ ਪਤਾ ਨਹੀਂ, ਤਾਂ ਕਰਕੇ ਇਹ ਪਿੱਛੇ ਪਿੱਛੇ ਹੀ ਲੈ ਕੇ ਆਊਗਾ ਆਪਣੇ। ਕਹਿੰਦੇ ਲਿਆ ਵੀ ਲਿਆ ਚੋਪਰਾ, ਕਹਿੰਦੇ ਪਿੱਛੇ ਪਿੱਛੇ ਲੈ ਆਊਗਾ ਇਹ ਆਪਣਾ ਟਰੱਕ, ਅਤੇ ਚੱਲਦੇ ਹਾਂ ਵੀਰੇ ਆਪਣੇ ਫਾਰਮ ਵੱਲ ਨੂੰ। ਲਿਆ ਵੀ ਲਿਆ, ਦੱਬੀ ਆਉਂਦਾ ਕਹਿੰਦੇ ਘੋੜੇ ਵਾਂਗੂ, ਓਏ ਹੋਏ ਹੋਏ ਬਹੁਤ ਭਜਾਈ ਆਉਂਦਾ ਕਹਿੰਦੇ। ਚਲੋ ਠੀਕ ਹੈ ਜੀ, ਮਿਲਦੇ ਹਾਂ ਫਿਰ ਆਪਣੇ ਫਾਰਮ 'ਤੇ ਪਹੁੰਚ ਕੇ ਤੁਹਾਨੂੰ, ਦੱਬੀ ਆਉਂਦਾ ਉਹ ਵੀ ਆਪਾਂ ਵੀ ਰੇਂਜ ਰੋਵਰ ਕਹਿੰਦੇ ਪੂਰੀ ਦੱਬ ਛੱਡੀਏ। ਉਹ ਵੀ ਮੁੰਡਿਓ ਕਹਿੰਦੇ ਫੁੱਲ ਦੱਬੀ ਹੋਈ ਭਾਂ ਰੇਂਜ ਰੋਵਰ ਕਹਿੰਦੇ ਪਹੁੰਚ ਗਿਆ ਜੀ ਆਪਣੇ ਫਾਰਮ ਦੇ ਵਿੱਚ, ਅਤੇ ਤੁਹਾਨੂੰ ਪਤਾ ਹੀ ਹੈ ਕਹਿੰਦੇ ਟਰੱਕ ਵਾਲਾ ਪੂਰੀ ਭਜਾਈ ਆਉਂਦਾ ਸੀਗਾ, ਪਰ ਆਪਾਂ ਕਿੱਥੇ ਰਨ ਦਿੰਦੇ ਹਾਂ ਟਰੱਕ ਟਰੁੱਕ ਵਾਲੇ ਨੂੰ, ਠੀਕ ਹੈ ਕਿ ਨਹੀਂ। ਆਪਾਂ ਅੱਗੇ ਹੀ ਰਹੇ ਹਾਂ ਰੇਂਜ ਰੋਵਰ ਚੱਕੀ ਫਿਰਦੇ ਹਾਂ ਕਹਿੰਦੇ ਚੋਪਰੂ ਨਹੀਂ, ਅਤੇ ਆਪਾਂ ਇੱਥੇ ਲਾਉਂਦੇ ਹਾਂ ਆਪਣੀ ਰੇਂਜ ਰੋਵਰ ਨੂੰ ਜਾ ਕੇ ਆਪਣੇ ਸ਼ੈੱਡ ਥੱਲੇ, ਅਤੇ ਟਰੱਕ ਵਾਲਾ ਵੀ ਬਸ ਪਹੁੰਚਦਾ ਹੀ ਹੋਊਗਾ ਆਪਣੇ ਪਿੱਛੇ ਪਿੱਛੇ, ਕਿਉਂਕਿ ਟਰੱਕ ਵੀ ਚੰਗਾ ਹੀ ਭੱਜਦਾ ਹੈ ਨਾ ਬੱਬਿਓ। ਇਹਨੂੰ ਕੰਮ ਕਰਦੇ ਇਹਨੂੰ ਲਾਉਂਦੇ ਹਾਂ ਇੱਥੇ। ਲਓ ਜੀ ਕਹਿੰਦੇ ਟਰੱਕ ਵਾਲਾ ਹੀ ਮੈਨੂੰ ਤਾਂ ਪਿੱਛੇ ਪਿੱਛੇ ਆ ਹੀ ਗਿਆ ਬੱਟੂ, ਕਹਿੰਦੇ ਨਹੀਂ ਉਹ ਆ ਗਿਆ ਕਹਿੰਦੇ ਚੋਪਰੋ। ਲੈ ਵੀ ਉਹ ਦੇਖੀ ਦੇਖੀ ਨੀਚੇ ਨਾ ਦੇ ਦੀ ਓਏ। ਲਓ ਵੀ ਕਹਿੰਦੇ ਟਰੱਕ ਵਾਲਾ ਡਰਾਈਵਰ ਵੀ ਆਪਣੇ ਕੋਲ ਪਹੁੰਚ ਗਿਆ, ਅਤੇ ਲਓ ਜੀ ਮੁੰਡਿਓ ਕਹਿੰਦੇ ਆਪਾਂ ਨੇ ਲਾ ਤਾ ਟਰੱਕ ਆਪਣਾ ਉੱਥੇ ਬੈਕ, ਅਤੇ ਆਲੂ ਉੱਥੇ ਆਪਣੀ ਲੇਬਰ ਲੱਗ ਗਈ ਵੀਰੇ ਉਹ ਭਰੀ ਜਾਊਗੀ, ਅਤੇ ਆਪਾਂ ਚੱਲਦੇ ਹਾਂ ਮੇਰੇ ਟਰੈਕਟਰ 'ਤੇ ਜਿੰਨਾ ਟਾਈਮ ਉਹ ਆਲੂ ਭਰਨਗੇ, ਹੈ ਨਾ, ਕਿਉਂਕਿ ਸ਼ਾਮ ਹੀ ਹੋ ਜਾਣੀ ਮੇਰੇ ਹਿਸਾਬ ਨਾਲ। ਤਾਂ ਆਪਾਂ ਇਹਨੂੰ ਕਰੀਏ ਟਰਾਲੀ ਨੂੰ ਕੰਮ ਕਰਦੇ, ਇਹਨੂੰ ਇੱਥੇ ਹੀ ਕੱਢ ਦਿੰਦੇ ਹਾਂ ਕਿ ਨਹੀਂ ਭਾਈ, ਰਹਿਣ ਦਿੰਦੇ ਇਹਨੂੰ ਆਪਾਂ ਉੱਥੇ ਨਾ ਆਪਣੇ ਸੀਲੋ ਦੇ ਵਿੱਚ ਸਟੋਰ ਹੀ ਕਰ ਦਿੰਦੇ ਹਾਂ, ਫਿਰ ਆਪਾਂ ਨੂੰ ਟਰਾਲੀ ਦੀ ਲੋੜ ਪੈਂਦੀ ਰਹਿੰਦੀ ਹੈ, ਸਹੀ ਕਿ ਨਹੀਂ। ਟਾਇਰ ਚੈੱਕ ਕਰੋ ਤੁਸੀਂ 911 ਦੇ ਕਿਵੇਂ, ਕਹਿੰਦਾ ਝੋਟਾ ਦੱਬਦਾ ਹੀ ਕੋਈ ਨਹੀਂ। ਆਪਣੀ ਆ ਰਹੀ ਸੀਲੋ, ਸੀਲੋ ਦੇ ਵਿੱਚ ਆਪਾਂ ਕਰੀਏ ਸਟੋਰ, ਠੀਕ ਹੈ ਜੀ। ਉਹ ਤੋਂ ਬਾਅਦ ਚੱਲਦੇ ਹਾਂ ਆਪਾਂ, ਆਪਾਂ ਜੋੜਦੇ ਹਾਂ ਆਪਣੇ ਫਲੋ, ਫਲੋ
ਮੂੰਹ ਜੋੜ ਦਿੰਦੀ, ਮੈਂ ਕਿਹਾ ਤਵੀਆਂ ਮਾਰਦੇ ਇਹਦੇ ਵਿੱਚ, ਜਿਹੜਾ ਆਲੂ ਵਾਲਾ ਪਿਛਲਾ ਬਚਿਆ ਹੋਇਆ ਇਹਨੂੰ ਕੱਢ ਦਿੰਦੇ ਹਾਂ ਇੱਥੇ। ਬੱਚੇ ਆਪਣੇ ਆਪੇ ਹੁਣ ਲੋਡ ਕਰ ਦਾਂਗੇ ਬਾਅਦ ਪਿਛਲੇ ਟਾਈਮ 'ਚ। ਆਪਾਂ ਹੁਣ ਚੱਲਦੇ ਹਾਂ ਤਵੀਆਂ ਜੋੜਨ, ਤਵੀਆਂ ਮਾਰੇ ਖੇਤ ਦੇ ਵਿੱਚ, ਨਾਲੇ ਸ਼ਾਮ ਤੱਕ ਨਾਲੇ ਭਰ ਦੇਣਗੇ ਉਦੋਂ, ਠੀਕ ਹੈ ਕਿ ਨਹੀਂ, ਆਲੂ ਭਰ ਦੇਣਗੇ ਉਦੋਂ। ਲਓ ਵੀ ਕਹਿੰਦੇ ਆ ਗਏ ਆ, ਤਵੀਆਂ ਪਾਈਏ ਟਰੈਕਟਰ ਪਿੱਛੇ ਤੇ ਚੱਲੀਏ ਆਪਣੇ ਵਾਹਣ ਵੱਲ ਦੀ। ਕੁਕਨ ਕੁਕਨ ਚਲਾ ਲਈਏ ਤੇ ਉੱਧਰੋਂ ਵੀ ਮਸ਼ੀਨ ਆਪਣਾ ਕਹਿੰਦੇ ਬੰਦੇ ਲਈ ਆਉਂਦੇ ਨੇ ਆਪਣੇ ਕੁੱਕਰ ਉਹਨੇ ਜਿਹੜੇ ਰੱਖੇ ਹੋਏ ਨੇ। ਐ ਵੀ ਕਹਿੰਦੇ ਪੱਟ ਲਈਏ ਤੂੜਾਂ ਤਵੀਆਂ ਨਾਲ ਫਿਰ। ਚੋਬਰੋ ਕਹਿੰਦੇ ਰਾਤ ਦੇ 8:15 ਹੋ ਚੁੱਕੇ ਨੇ ਬਾਬੇ, ਉੱਤੇ ਆਪਾਂ ਨੇ ਤਵੀਆਂ ਮਾਰਤੀਆਂ, ਉਹਨਾਂ ਨੂੰ ਚੱਕੀਏ ਉੱਪਰ ਅਤੇ ਉਹਨਾਂ ਨੂੰ ਇੱਥੇ ਜੇ ਲਾ ਦੇਣਾ ਟੈਂਕੀ ਜੀ ਕੋਲ ਹੀ ਖੜਾ ਦਿੰਦੇ ਹਾਂ ਹੈ ਨਾ, ਅਤੇ ਦੇਖੀ ਜਾ ਕੇ ਉੱਧਰ ਆਪਣੀ ਲੇਬਰ ਵੀ ਚੜੀ ਗਈ, ਕਹਿੰਦੇ ਉਹਨਾਂ ਦਾ ਆ ਗਿਆ ਸੀ ਸੁਨੇਹਾ ਆਪਾਂ ਨੂੰ, ਕਹਿੰਦੇ ਭਰਤੀ ਹੈ ਸਪੋਰਟ ਟਰੱਕ ਭਰ ਗਏ ਨੇ ਆਲੂਆਂ ਦਾ, ਆਪਾਂ ਦੇਖਦੇ ਹਾਂ ਚੈੱਕ ਕਰਦੇ ਹਾਂ ਉੱਧਰ ਜਾ ਕੇ, ਅਤੇ ਉਸ ਤੋਂ ਬਾਅਦ ਸਵੇਰੇ ਚੱਲਾਂਗੇ ਵੇਚਣ ਉਹਨਾਂ ਨੂੰ। ਅਤੇ ਮਸ਼ੀਨ ਵੀ ਮੈਨੂੰ ਲੱਗਦਾ ਸ਼ਾਇਦ ਆ ਗਈ, ਲਾਈਟਾਂ ਜਿੱਦਾਂ ਬੜੀ ਜਾਂਦੀਆਂ ਨੇ। ਹਾਂ ਆ ਗਈ ਬਾਬੇ ਮਸ਼ੀਨ, ਉਹ ਦੇਖੋ ਕਟਰ ਵੱਲ ਲਾਉਣ ਦੀ ਤਿਆਰੀ 'ਚ ਨੇ ਪੂਰੀ। ਆਹ ਲਓ ਜੋਬਰੂ ਕਹਿੰਦੇ ਟਰੱਕ ਆਪਣਾ ਕਿੰਨਾ ਕੁ ਭਰ ਗਿਆ, ਓਹੋ ਹੋ 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 ਟੂਚੀ ਨਿਕਲ ਗਈ ਟਰੱਕ ਦੀ ਤਾਂ। ਅਤੇ ਹੁਣ ਤਾਂ ਵੀਰੇ ਹਨੇਰਾ ਹੋ ਗਿਆ, ਅਤੇ ਸਵੇਰੇ ਚੱਲਾਂਗੇ ਆਪਾਂ ਲੈ ਕੇ ਇਹਨੂੰ ਵੇਚਣ, ਦੇਖਦੇ ਹਾਂ ਕਿੰਨੇ ਕੁ ਦੇ ਹੁਣ। ਹੁਣ ਆਪਾਂ ਜਾ ਕੇ ਸੁਣਨੇ ਆ ਟਰੈਕਟਰ ਨੂੰ ਲਾਈਏ, ਓਹੋ ਟਰੈਕਟਰ ਨੂੰ ਲਾਈਏ ਆਪਣੇ ਸ਼ੈੱਡ 'ਚ, ਅਤੇ ਆਪਾਂ ਬਸ ਜਾ ਕੇ ਹੁਣ ਸੌਣ ਦੀ ਤਿਆਰੀ ਕੀ। ਲਓ ਜੀ ਮੁੰਡੇ ਉਹ ਕਹਿੰਦੇ ਸਵੇਰ ਹੋ ਚੁੱਕੀ ਹੈ, ਕਹਿੰਦੇ 8 ਵੱਜ ਚੁੱਕੇ ਨੇ, ਅਤੇ ਟਰੱਕ ਆਪਣੇ ਆਲਰੇਡੀ ਪਹਿਲਾਂ ਹੀ ਸਟਾਰਟ ਕਰ ਰੱਖਿਆ ਸੀ ਕਿ ਅੱਧੇ ਘੰਟੇ ਤੋਂ ਉੱਤੇ ਗਰਮ ਹੋ ਚੁੱਕਿਆ ਪੂਰਾ ਟਰੱਕ। ਕਹਿੰਦੇ ਚੱਲੀਏ ਫਿਰ ਲੈ ਕੇ ਟਰਾਲੇ ਨੂੰ ਆਪਣੇ ਨੂੰ ਆਲੂ ਵੇਚਣ, ਅਤੇ ਦੂਜੇ ਸ਼ਹਿਰ ਦੇ ਵਿੱਚ ਜਾਣਾ ਵੀਰੇ ਟਾਈਮ ਲੱਗ ਸਕਦਾ 1.5 ਘੰਟੇ ਦਾ ਰਸਤਾ, ਕਹਿੰਦੇ ਵਿੱਚ ਸ਼ਹਿਰ ਦੇ ਵਿੱਚ ਦੀ ਜਾਣਾ ਪੈਣਾ, ਟ੍ਰੈਫਿਕ ਵੀ ਬਹੁਤ ਹੈ। ਅਤੇ ਚੱਲਦੇ ਹਾਂ ਬਸ ਬਾਬੇ ਵੇਚਣ, ਆਪਾਂ ਇਹਨਾਂ ਨੂੰ ਦੇਖਦੇ ਹਾਂ। ਲਓ ਜੀ ਕਹਿੰਦੇ ਰੋਡ 'ਤੇ ਚੜ੍ਹਾ ਲਿਆ ਜੋਬਰਾਂ ਨੇ, ਨੱਪਤੀ ਕਿੱਲੀ, ਚੱਲ ਬਈ ਦੇਖਦੇ ਹਾਂ ਕਿੰਨੇ ਕੁ ਲੱਖ ਦੇ ਆਲੂ ਹੁੰਦੇ ਨੇ ਆਪਣੇ, ਜੇ ਚੰਗੀ ਕਮਾਈ ਹੋ ਗਈ ਆਪਾਂ ਵਧੀਆ ਜੀ ਚੀਜ਼ ਖਰੀਦਾਂ ਜਾਂ ਕੋਈ ਹੋਰ ਨਵੀਂ। ਕਹਿੰਦੇ ਪਹੁੰਚ ਚੁੱਕੇ ਹਾਂ ਆਪਾਂ ਸ਼ਹਿਰ ਦੇ ਵਿੱਚ, ਅਤੇ ਆਪਾਂ ਲਾਈਏ ਇੱਥੇ ਟਰੱਕ ਨੂੰ ਅੰਦਰ, ਅਤੇ ਆਹ ਦੇਖੋ ਇੱਥੇ ਡਿਲੀਵਰੀਜ਼ ਹੁੰਦੀਆਂ ਸਟਾਰਟ ਹੁੰਦੀਆਂ ਨੇ, ਤੁਹਾਨੂੰ ਪਤਾ ਹੀ ਆ। ਟਰੱਕ ਨੂੰ ਲਾਈਏ ਪੈਕ, ਹੋਏ 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 ਪਗਾਨਾ ਟਰੱਕ ਹੈ, ਹੋਰ ਨਾ ਆਪਾਂ ਲਈਏ ਆਪਾਂ ਉੱਥੇ ਬੈਕ ਲਾਉਣਾ ਪੈਣਾ ਆਪਾਂ ਨੂੰ। ਲੈ ਵੀ ਚੋਪਰੂ ਕਹਿੰਦੇ ਬਲਾ ਕੇ ਬੈਕ ਦਮ ਦਮ ਪੈਸੇ ਪੱਟੀਏ, ਕਿੰਨੇ ਕਿਤੇ ਹੋ ਗਏ ਕਿੰਨੇ ਕਿਤੇ ਨਹੀਂ। ਚੱਲ ਵੀ ਚੱਲ 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 ਤਾਂ ਆਪਾਂ ਲਾ ਦਾਂਗੇ ਬੈਕ। ਲਓ ਜੀ ਕਹਿੰਦੇ ਕਰੀਏ ਇਹਨੂੰ ਅਨਲੋਡ, ਦੇਖਦੇ ਹਾਂ ਕਿੰਨੇ ਪੈਸੇ ਵੱਧਦੇ ਹਾਂ ਆਪਣੇ। ਕਹਿੰਦੇ ਚੱਲੀ ਜਾਂਦਾ ਕਿੰਨੇ ਕਿਤੇ ਹੋ ਜਾਣਗੇ ਬਾਪਿਓ, ਘੱਟ ਤਾਂ ਹੀ ਹੋਣਗੇ, ਆਲੂਆਂ ਦਾ ਰੇਟ ਖਾਸ ਤਾਂ ਨਹੀਂ ਹੁੰਦਾ। ਲਓ ਜੀ ਕਹਿੰਦੇ 1,74,000 'ਤੇ ਉੱਪਰੋਂ ਕਹਿੰਦੇ ਹੋ ਗਏ ਨੇ ਆਪਣੇ ਆਲੂ, ਅਤੇ ਆਪਣੇ ਕੋਲ ਰੁਪਈਆ ਹੋ ਗਿਆ 2.5 ਲੱਖ ਰੁਪਈਆ, ਨਜ਼ਾਰੇ ਹੀ ਬਣਤੇ। ਅਤੇ ਕਿਵੇਂ ਦਾ ਲੱਗਿਆ ਵੀਰੇ ਤੁਹਾਨੂੰ ਐਪੀਸੋਡ, ਅਤੇ ਟਰੱਕ ਆਪਾਂ ਛੱਡ ਆਵਾਂਗੇ ਉਹਨਾਂ ਦਾ ਜਿੱਥੋਂ ਲਿਆਂਦਾ ਸੀਗਾ ਕਿਰਾਏ 'ਤੇ, ਅਤੇ ਕਿਵੇਂ ਦਾ ਲੱਗਿਆ ਵੀਰੇ ਐਪੀਸੋਡ ਤੁਸੀਂ ਜ਼ਰੂਰ ਦੱਸਿਓ, ਅਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਅਤੇ ਮਿਲਦੇ ਹਾਂ ਜੀ ਨੈਕਸਟ ਐਪੀਸੋਡ 'ਚ।